ਨਿੱਕੇ ਹੁੰਦੇ ਬੜਾ ਵੇਖਦਾ ਰਿਹਾ ਯਾਰ, ਬੜਾ ਘੈਂਟ ਹੁੰਦਾ ਹੈ ਨਾ। ਔਰ ਇਹ ਮੈਦਾਨ ਮੇ ਆ ਚੁੱਕੇ ਹੈ ਬਿਲਕੁਲ ਸਿੱਧੀ ਜਾਣ ਦੀ। ਆਪ ਕਰ ਦਿੰਦੇ ਆ ਆਪਣੇ ਗੱਡੀ ਲੱਭੀ। ਚੱਲ ਹਾਂ ਅਸੀਂ ਕਾਹਦੇ ਤੋਂ ਨਹੀਂ ਕਾਲੀ ਪੂਰੀ ਕਾਲੀ ਦੇ ਦੋ ਇੱਕ ਪੂਰੀ। ਆ ਠੀਕ ਆ ਵਧੀਆ ਦੇਖਦੀ ਸਗੋਂ ਦੂਰ ਤੱਕ ਵਧੀਆ ਹੀ ਜੀ। ਕਾਲੀ ਕੋ ਕਾਲੀ ਦੇ ਦੋ ਯਾਰ ਡਨ ਚਲੋ। ਹੈਲੋ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਮੈਂ ਵੀ ਘੈਂਟ ਆ। ਸਭ ਤੋਂ ਪਹਿਲਾਂ ਅਸੀਂ ਗੁੱਡੀਆਂ ਡਾਵਾਂਗੇ, ਦੋ ਪਤੰਗਾਂ ਲਈਆਂ ਨੇ, ਗੁੱਡਾ ਲਿਆ ਉਹ ਵਡਾਵਾਂਗੇ ਕਿਉਂਕਿ ਜ਼ਿਆਦਾ ਤਾਂ ਟਿਕਣੇ ਨਹੀਂ ਹੈ ਨਾ। ਸ਼ੂਟ 'ਤੇ ਜਾਣ ਤੋਂ ਪਹਿਲਾਂ ਅਸੀਂ ਸੋਚਿਆ ਕਿ ਗੁੱਡੀਆਂ ਡਾ ਲਈਏ ਕਿਉਂਕਿ ਹਾਲੇ ਥੋੜ੍ਹੀਆਂ ਘੱਟ ਉੱਡਦੀਆਂ ਨੇ, ਵੀਕਐਂਡ 'ਤੇ ਗੁੱਡੀਆਂ ਉੱਡਦੀਆਂ ਨੇ, ਸੋ ਵੀਕਐਂਡ 'ਤੇ ਮੌਕਾ ਮਿਲਦਾ ਸੋ ਡਾ ਲਈਏ ਅਤੇ ਫਿਰ ਜਾਂਦੇ ਸ਼ੂਟ 'ਤੇ। ਟੀਲਾ ਇੱਥੋਂ ਟੁੱਟਿਆ ਤੇ ਜੋੜ ਉੱਤੇ ਔਰ ਇਹ ਮੈਦਾਨ ਮੇ ਆ ਚੁੱਕੇ ਹੈ। ਡੋਂਦੇ ਵੀਰੇ ਘਰੋਂ ਕੱਢਣੇ ਫੇਰ ਮਰਦੀ ਪੰਜ ਮਿੰਟ ਦੀ ਗੇਮ ਆ ਬਸ ਆਈ ਚਲਾਈ ਆ। ਤੂੰ ਲੱਗੇ ਰਹਿ ਚੜੋ ਮੀਰੂ ਉਹ ਕਿੱਡੀ ਸੈਟ ਪਤਾਂਗੀ ਯਾਰ ਤੇਰੀ ਵੀਰੇ ਬਿਲਕੁਲ ਸਿੱਧੀ ਜਾਣ ਦੀ। ਉਹ ਪਿੰਦਰ ਨਾ ਜ਼ਿਆਦਾ ਕਰ ਭਰਾ ਫੇਰ ਖੋਲ ਦੇਣਾ ਹੀ ਲਕਵਾ ਮਾਰ ਰਹਿਣੇ ਪਤੰਗ ਦਾ ਕਿਆ ਬਾਤ ਹੈ। ਉਹ ਵੱਡੀ ਕੀ ਵਿਚਾਰੇ ਏਡੀ ਗੰਦੀ ਨਿਗਾਹ ਲਈ ਜੱਸ ਨੇ ਉਹ ਗੁੱਡੀ ਵੱਡੀ ਗਈ ਹਜੇ ਵੇਖਿਆ ਹੀ ਧਰਮ ਨਾ ਬਰਬਾਦ ਕਰ ਛੱਡੇ ਗੁੱਡੀ ਸਹੀ ਯਾਰ ਸਾਡੀ ਭਲਾ ਮਾਂ ਸੀ ਤੈਨੂੰ ਕੁਛ ਕਿਹਾ ਨੀ ਪਤੰਗ ਕੋਈ ਪਾੜਦੇ ਨੇ ਸੁੱਕਾ ਚਲ ਜੇ ਏਦਾਂ ਹੋ ਸਕਦਾ। ਸਹੀ ਗੱਲ ਸੀ ਸਜ਼ਾ ਮੌਤ ਹੈਗੀ ਤੈਨੂੰ ਤੇ ਚਪੇੜਾ ਮਾਰ ਕੇ ਗੋਡਾ ਸੁੱਟਣਾ ਚਾਹੀਦਾ ਸੀ ਪਤੰਗ ਪਾੜਨ ਤੋੜ ਕੇ ਛੱਡਤਾ ਨੇ ਤੇਰੇ ਪੇਟੇ ਪੈ ਗਿਆ ਵਾ ਛਾਕ ਦੇ ਸਾਹ ਤੂੰ ਤੁਰ ਕੇ ਕੀ ਕਰਨ ਡਿਆ ਵਾ ਮਜ਼ੇ ਲੈਣ ਡਿਆ ਵਾ ਆ ਚੱਲ ਬਾਅਦ ਲੈ ਚੁੜ ਮਨ ਗਈ ਉਹ ਆ ਗਈ ਓਏ ਵਾਓ ਵਾਓ ਆਹੀ ਗੁੱਡ ਰਹੀ ਹੁਣ।
ਚਲੋ ਹੋ ਗਿਆ ਖਤਮ ਗੁੱਡੀਆਂ ਸਾਰੀਆਂ ਹੀ ਵਧਾ ਲਈਆਂ ਨੇ ਬਹੁਤ ਖੁਸ਼ੀ ਮਿਲ ਰਹੀ ਦਿਲ ਨੂੰ ਤੇ ਹੁਣ ਜਾਵਾਂਗੇ ਸ਼ੂਟ ਤੇ ਅਲਫਾ ਦੀ ਬੈਕ ਸਾਈਡ ਆ ਸ਼ੂਟ ਕਰਦੇ ਹਾਂ ਸੋ ਸ਼ੂਟ ਤੇ ਜਾ ਕੇ ਮਿਲਦੇ ਹਾਂ ਪਹੁੰਚ ਗਏ ਹਾਂ ਅਲਫਾ ਵਨ ਦੀ ਬੈਕ ਸਾਈਡ ਹਯਾਤ ਦੇ ਓਪੋਜ਼ਿਟ ਸੋ ਇੱਥੇ ਹੀ ਫੋਟੋ ਸ਼ੂਟ ਕਰਾਂਗੇ ਲੋਕੇਸ਼ਨ ਬਹੁਤ ਹੀ ਸੋਹਣੀ ਆ ਤੇ ਫੋਰਚੁਨੇਟਲੀ ਅੱਜ ਕੋਇਨਸੀਡੈਂਸ ਹੋ ਗਿਆ ਦੋ ਪੱਗਾਂ ਸੀ ਔਰੇਂਜ ਤੇ ਪਿੰਕ ਹੀ ਤੇ ਮੈਂ ਸੋਚਿਆ ਚਲੋ ਇਹਨਾਂ ਨਾਲ ਪਿੰਕ ਹੀ ਜਚੂਗੀ ਪਿੰਕ ਬੰਨ ਲਈ ਤੇ ਆ ਕੇ ਵੇਖਿਆ ਹਰਮਨ ਨੇ ਵੀ ਪਿੰਕ ਬੰਨੀ ਮੈਂ ਰੁਮਾਲ ਬੰਨ ਕੇ ਆਈ ਜਸ ਚਲੋ ਤਾਂ ਤੂੰ ਵੀ ਪਿੰਕ ਬੰਨ ਆਇਆ ਕਿਆ ਕੋਇਨਸੀਡੈਂਸ ਹੋਇਆ ਹਨਾ ਮੈਂ ਫੋਟੋ ਖਿੱਚਣੀ ਬਣਦੀ ਅੱਜ ਘੈਂਟ ਦੀ ਘੈਂਟ ਦੀ ਬੁਲਾਈਏ ਕਿਸੇ ਨੂੰ ਫੋਟੋ ਖਿਚਾਉਂਦੇ ਹਾਂ ਤੇ ਛੇਤੀ ਛੇਤੀ ਫੋਟੋ ਸ਼ੂਟ ਖਤਮ ਕਰੀਏ ਤੇ ਅੱਜ ਖਾਣ ਜਾਣਾ ਸੀ ਪਾਸਤਾ ਜਸ ਨੇ ਖਾਣਾ ਵੈਸੇ ਉਮੀਦ ਤੁਹਾਨੂੰ ਸਾਨੂੰ ਉਮੀਦ ਤਾਂ ਹੈ ਨਹੀਂ ਯਾਰ ਤੋਂ ਕੋਈ ਨਹੀਂ ਕੰਟਰੀਬਿਊਸ਼ਨ ਕਰ ਲਾਂਗੇ ਓ ਮਾਈ ਗੋਡ ਪਾਸਤਾ ਖਾਣ ਦੀ ਕੰਟਰੀਬਿਊਸ਼ਨ ਕਰ ਲਾਂਗੇ ਕੋਈ ਗੱਲ ਨਹੀਂ ਕਿਉਂਕਿ ਫਿਰ ਪਚਣਾ ਨਹੀਂ ਨਾ ਜਿੰਨੇ ਖਵਾਇਆ ਤੁਹਾਨੂੰ ਪਚਣਾ ਨਹੀਂ ਆ ਮੇਰਾ ਖਵਾਇਆ ਤਾਂ ਪਚ ਜਾਂਦਾ ਭਾਈ ਮੇਰਾ ਖਵਾਇਆ ਪਚ ਜਾਂਦਾ ਪਰ ਲੱਗਦਾ ਨੀ ਤੇ ਚਲੋ ਛੇਤੀ ਛੇਤੀ ਫੋਟੋ ਸ਼ੂਟ ਖਤਮ ਕਰੀਏ ਫੋਟੋ ਸ਼ੂਟ ਹੋ ਗਿਆ ਡਨ ਅੱਜ ਬੰਦੇ ਘੱਟ ਆ ਸੋ ਤਾਂ ਕਰਕੇ ਅੱਜ ਸਲੋਮੋ ਵੀਡੀਓ ਬਣਾਵਾਂਗੇ ਕਿ ਹੋਰ ਤਾਂ ਬੰਦੇ ਨੇ ਕੈਮਰਾ ਕੌਣ ਫੜੂ ਤੇ ਐਕਟ ਕੌਣ ਕਰੂ ਤੇ ਅੱਜ ਪਿੰਕ ਪੈਂਥਰ ਲੱਗ ਰਹੇ ਆ ਜੀ ਨਿੱਕੇ ਹੁੰਦੇ ਬੜਾ ਵੇਖਦਾ ਰਿਹਾ ਯਾਰ ਬੜਾ ਘੈਂਟ ਹੁੰਦਾ ਹੈ ਨਾ ਸੋ ਯਾਦ ਆਈ ਹੈ ਪਿੰਕ ਪਿੰਕ ਸਾਰਿਆਂ ਦੀਆਂ ਪੱਗਾਂ ਤੇ ਹੁਣ ਵੀਡੀਓ ਬਣਾਈ ਹੈ ਸਲੋ ਮੋਸ਼ਨ ਸੋਰੀ ਵੀਰ ਜੀ ਸੋਰੀ ਗਲਤੀ ਲੱਗ ਗਈ ਗਲਤੀ ਨਾ ਆ ਗਿਆ ਸੀ ਫੋਟੋਆਂ ਤੇ ਵੀਡੀਓ ਬਣਾ ਲਈਆਂ ਨੇ ਮਤਲਬ ਫੋਟੋਆਂ ਖਿੱਚ ਲਈਆਂ ਤੇ ਵੀਡੀਓ ਬਣਾ ਲਈ ਆ ਤੇ ਹੁਣ ਅੰਦਰ ਜਾਵਾਂਗੇ ਅਲਫਾ ਮੰਦੇ ਇੱਕ ਵੀਡੀਓ ਬਣਾਉਣੀ ਆ ਸੋ ਤੁਹਾਨੂੰ ਅੰਦਰ ਜਾ ਕੇ ਦੱਸਦੇ ਕਿਹੜੀ ਵੀਡੀਓ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਆਪਾਂ ਖਰੀਦਣੀ ਨਹੀਂ ਹੈ ਚਲੋ ਘੁੰਮੋ ਉਹ ਇਸ ਤਰ੍ਹਾਂ ਨਹੀਂ ਮੋਲ 'ਚ ਘੁੰਮੋ ਮੋਲ 'ਚ ਘੁੰਮਣਾ ਵਾ ਕਿਸ ਚੀਜ਼ ਨੂੰ ਛੇੜਨਾ ਨਹੀਂ ਆ ਚਲੋ ਘੁੰਮੋ ਘੁੰਮ ਕੇ ਹੋ ਘੈਂਟ ਯਾਰ ਮੈਨੂੰ ਸਹੀ ਗੱਲ ਵਧੀਆ ਲੱਗੀ ਵੀਡੀਓ ਹੈ ਨਾ ਤੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਉਹ ਹਰਮਨੇ ਡੱਬਾ ਆਈ ਓਏ ਖੋਲ ਛੱਤੀ ਓ ਫੜੇ ਮੂੰਹ ਓ ਮਾਈ ਗੋਡ ਚੱਕਾ ਹੋ ਗਿਆ ਹਾਨੂੰ ਲੱਗਾ ਡੱਬਾ ਵਾ ਤੇ ਪਾਰੇ ਜੈਕਟ ਆ ਤੇ ਡੈਨਿੰਗ ਜੈਕਟ ਹੈ ਨਾ ਜੇ ਵਲੌਗ ਵਧੀਆ ਲੱਗੇ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਨੂੰ ਨਵੇਂ ਨਵੀਂ ਅਪਡੇਟਸ ਮਿਲਦੀਆਂ ਰਹਿਣਗੀਆਂ ਅਤੇ ਨੋਟੀਫਿਕੇਸ਼ਨ ਬੈਲ 'ਤੇ ਟੈਪ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਜਦੋਂ ਵਲੌਗ ਅਪਲੋਡ ਹੋਵੇ ਨਵਾਂ ਸੋ ਬਾਏ ਟੇਕ ਕੇਅਰ ਮਿਲਦੇ ਹਾਂ ਅਗਲੇ ਵਲੌਗ 'ਚ